हेलो गाइस, वेलकम टू माय यूट्यूब चैनल। तो अज आप चले हाँ माता चिंतपुर्णी जी पैदल यात्रा चौहाल डैम तो माता चिंतपुर्णी ते आओ चलते हैं। ਹੁਸ਼ਿਆਰਪੁਰ ਰੇਲਵੇ ਸਟੇਸ਼ਨ ਆਪਾਂ ਪਹੁੰਚ ਗਏ ਹਾਂ ਅਤੇ ਇੱਥੋਂ ਹੁਣ ਆਪਾਂ ਜਾਵਾਂਗੇ ਚੌਹਾਲ ਡੈਮ 'ਚ। ਚੌਹਾਲ ਡੈਮ ਤੋਂ ਸ਼ੁਰੂ ਕਰਾਂਗੇ ਆਪਣੀ ਅੱਗੇ ਦੀ ਪੈਦਲ। ਹੈਲੋ ਗਾਈਸ, ਆਪਾਂ ਆ ਗਏ ਹਾਂ ਚੌਹਾਲ ਡੈਮ। ਇੱਥੋਂ ਆਪਾਂ ਫਸਟ ਪਹਿਲੀ ਚੜ੍ਹਾਈ ਤੋਂ ਯਾਤਰਾ ਸ਼ੁਰੂ ਕਰਨੀ ਹੈ ਅਤੇ ਆ ਜਾਓ ਚੱਲਦੇ ਹਾਂ। ਹਾਂਜੀ ਗਾਈਸ, ਆਪਾਂ ਯਾਤਰਾ ਸ਼ੁਰੂ ਕਰਤੀ ਹੈ ਅਤੇ ਦੇਖੋ ਥੋੜ੍ਹੀ ਥੋੜ੍ਹੀ ਬਾਰਿਸ਼ ਵੀ ਆਉਣੀ ਸਟਾਰਟ ਹੋ ਗਈ ਆ ਅਤੇ ਬਾਕੀ ਅੱਗੇ ਦੇਖਦੇ ਆਪਾਂ। ਮੇਰੇ ਨਾਲ ਮਨਦੀਪ ਰਹੋ ਅਤੇ ਆਪਾਂ ਦੇਖਦੇ ਅੱਗੇ ਜਾ ਕੇ ਕੀ ਮਾਹੌਲ ਬਣਦਾ। ਜੈ ਮਾਤਾ ਦੀ। ਜਦੋਂ ਆਪਾਂ ਯਾਤਰਾ ਸਟਾਰਟ ਕੀਤੀ ਤਾਂ ਉਸ ਤੋਂ 10 ਮਿੰਟ ਬਾਅਦ ਹੀ ਬਹੁਤ ਹੀ ਤੇਜ਼ ਬਾਰਿਸ਼ ਪੈਣੀ ਸਟਾਰਟ ਹੋ ਗਈ ਸੀਗੀ ਅਤੇ ਆਪਾਂ ਰਸਤੇ 'ਚ ਰੁਕ ਕੇ ਵੇਟ ਕਰ ਰਹੇ ਸੀ ਕਿ ਕਦੋਂ ਬਾਰਿਸ਼ ਰੁਕ ਜਾਵੇ ਅਤੇ ਫਿਰ ਦੁਬਾਰਾ ਆਪਾਂ ਚੱਲੀਏ, ਲੇਕਿਨ ਬਾਰਿਸ਼ ਹੋਰ ਤੇਜ਼ ਹੋ ਗਈ ਸੀ। ਫਿਰ ਆਪਾਂ 10-15 ਮਿੰਟ ਵੇਟ ਕੀਤੀ, ਉਸ ਤੋਂ ਬਾਅਦ ਬਾਰਿਸ਼ ਰੁਕੀ ਅਤੇ ਫਿਰ ਦੁਬਾਰਾ ਆਪਾਂ ਚੱਲਣਾ ਸ਼ੁਰੂ ਕੀਤਾ ਅਤੇ ਯਾਤਰਾ ਸ਼ੁਰੂ ਕੀਤੀ। ਸਾਹਮਣੇ ਇੱਕ ਬੋਰਡ ਲੱਗਾ ਹੋਇਆ ਜਿਸ 'ਚ ਦੱਸਿਆ ਜਾ ਰਿਹਾ ਕਿ ਚਿੰਤਪੁਰਨੀ ਵਿੱਚ 35 ਕਿਲੋਮੀਟਰ ਆਪਾਂ ਦੇਖਦੇ ਹਾਂ। ਹੈਲੋ ਗਾਈਸ, ਹਾਂਜੀ ਆਪਾਂ ਹੁਣ ਥੋੜ੍ਹੀ ਦੇਰ ਬੈਠ ਗਏ ਹਾਂ ਰੈਸਟ ਕਰਨ ਵਾਸਤੇ ਕਿਉਂਕਿ ਬਹੁਤ ਥੱਕ ਗਏ ਹਾਂ ਤੁਰਦੇ ਤੁਰਦੇ ਅਤੇ ਦੇਖੋ ਸਾਹਮਣੇ ਕਿੱਦਾਂ ਲੰਗਰ ਵਗੈਰਾ ਚੱਲ ਰਿਹਾ ਸਭ ਕੁਛ ਚੱਲਦਾ। ਹਾਂਜੀ ਗਾਈਸ, ਆਪਾਂ ਤੁਰੇ ਜਾ ਰਹੇ ਹਾਂ। ਦੇਖੋ ਮੌਸਮ ਬਹੁਤ ਠੰਡਾ ਹੋ ਗਿਆ ਅਤੇ ਬਾਰਿਸ਼ ਪੈ ਕੇ ਹਟੀ ਆ ਹੁਣੇ ਅਤੇ ਵੀ ਚੈੱਕ ਕਰਾਂਗੇ ਤੁਹਾਨੂੰ ਦੇਖੋ ਕਿੰਨਾ ਵਧੀਆ ਵਿਊ ਆ। ਮੌਸਮ ਦੇਖੋ ਸਾਰੇ ਕਿੰਨਾ ਵਧੀਆ ਹੋ ਗਿਆ, ਬਾਰਿਸ਼ ਪੈਣ ਤੋਂ ਬਾਅਦ ਕਿੰਨਾ ਵਧੀਆ ਵਿਊ ਹੋ ਗਿਆ ਵਾ। ਅਤੇ ਹੌਲੀ ਹੌਲੀ ਆਪਾਂ ਤੁਰਦੇ ਤੁਰਦੇ ਐਂਟਰ ਕਰ ਚੱਲੇ ਹਾਂ ਹਿਮਾਚਲ ਦੇ ਅੰਦਰ। ਇੱਥੇ ਆ ਕੇ ਪੰਜਾਬ ਦੀ ਜਿਹੜੀ ਬਾਉਂਡਰੀ ਆ ਖਤਮ ਹੋ ਜਾਂਦੀ ਹੈ ਅਤੇ ਹੁਣ ਅੱਗੇ ਇੱਥੋਂ ਸਟਾਰਟ ਹੋਣ ਲੱਗਾ ਹਿਮਾਚਲ। ਅਤੇ ਦੇਖਦੇ ਅੱਗੇ। ਲਓ ਜੀ, ਆਪਾਂ ਹਿਮਾਚਲ ਦੇ ਅੰਦਰ ਐਂਟਰ ਕਰ ਗਏ ਹਾਂ। ਇੱਥੇ ਤੱਕ ਪਹੁੰਚਦੇ ਪਹੁੰਚਦੇ ਸਾਰੇ ਯਾਰ ਦੋਸਤ ਬਹੁਤ ਥੱਕ ਗਏ ਸੀ ਅਤੇ ਇਸ ਲਈ ਇੱਥੇ ਬਹਿ ਕੇ ਹੁਣ ਆਰਾਮ ਕਰ ਰਹੇ ਸੀ। ਰਸਤੇ ਜਿਹੜੇ ਆਰਾਮ ਕਰਨ ਲਈ ਜਗ੍ਹਾ ਬਣੀਆਂ ਹੁੰਦੀਆਂ ਵਾ, ਇੱਥੇ ਬੈਠ ਕੇ ਸਾਰੇ ਆਰਾਮ ਕਰ ਰਹੇ ਸੀ ਅਤੇ ਫੋਟੋਆਂ ਵਗੈਰਾ ਖਿੱਚ ਕੇ ਰਹੇ ਸੀ। ਅਤੇ ਅੱਗੇ ਆਪਾਂ 5-10 ਮਿੰਟ ਸੁਣ ਸ਼ੁਰੂ ਕਰਾਂਗੇ ਦੁਬਾਰਾ ਚੱਲਣਾ। ਹਾਂਜੀ ਗਾਈਸ, ਆਪਾਂ ਜੋ ਗ੍ਰੇਟ ਪਹੁੰਚਣ ਵਾਲੇ ਹਾਂ, ਹੌਲੀ ਹੌਲੀ ਤੁਰੇ ਜਾ ਰਹੇ ਹਾਂ ਅਤੇ ਵਿੱਚ ਵਿੱਚ ਰੈਸਟ ਕਰਦੇ ਜਾ ਰਹੇ ਹਾਂ ਅਤੇ ਥੋੜ੍ਹੀ ਦੇਰ 'ਚ ਆਪਾਂ ਅੱਗੇ ਗ੍ਰੇਟ ਪਹੁੰਚ ਜਾਣਾ ਅਤੇ ਅੱਜ ਦੀ ਰਾਤ ਉੱਥੇ ਰੁਕਾਂਗੇ ਅਤੇ ਕੱਲ੍ਹ ਸਵੇਰੇ ਦੁਬਾਰਾ ਉੱਠ ਕੇ ਯਾਤਰਾ ਸ਼ੁਰੂ ਕਰਾਂਗੇ। ਬਾਕੀ ਮਿਲਦੇ ਹਾਂ ਗ੍ਰੇਟ ਤੋਂ। ਹੈਲੋ ਗਾਈਸ, ਆਪਾਂ ਪਹੁੰਚ ਚੁੱਕੇ ਹਾਂ ਗ੍ਰੇਟ ਅਤੇ ਇੱਥੋਂ ਅੱਗੇ ਆਪਾਂ ਹੁਣ ਯਾਤਰਾ ਸ਼ੁਰੂ ਕਰਾਂਗੇ ਅਤੇ ਸਾਰੇ ਯਾਰ ਦੋਸਤ ਨਾਲ ਕੌਣ ਸਾਚੇ ਦਰਬਾਰ ਕੀ ਜੈ। ਹਾਂਜੀ ਗਾਈਸ, ਥੋੜ੍ਹੀ ਦੇਰ ਰੈਸਟ ਕਰਨ ਤੋਂ ਬਾਅਦ ਆਪਾਂ ਦੁਬਾਰਾ ਯਾਤਰਾ ਸ਼ੁਰੂ ਕਰਤੀ ਹੈ। ਇੱਥੋਂ ਹਜੇ ਵੀ ਘੱਟੋ ਘੱਟ 20 ਤੋਂ 22 ਕਿਲੋਮੀਟਰ ਤੱਕ ਮੰਦਿਰ ਹੋਣਾ ਵਾ। ਇੱਥੋਂ ਸਾਰੇ ਜਾਣੇ ਕਾਫੀ ਥੱਕ ਗਏ ਹੋਏ ਆ ਅਤੇ ਅੱਗੇ ਜਾ ਕੇ ਆਪਾਂ ਰੁਕਦੇ ਹਾਂ ਕਿਤੇ। ਹਾਂਜੀ ਗਾਈਸ, ਰਸਤੇ 'ਚ ਇੱਕ ਮੈਡੀਕਲ ਕੈਂਪ ਲੱਗਾ ਹੋਇਆ ਸੀ ਦੇਖੋ, ਜਿੱਥੇ ਅਗਰ ਕਿਸੇ ਸੰਗਤ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਾਂ ਕੁਛ ਵੀ ਹੋ ਜਾਂਦਾ, ਬਿਮਾਰ ਵਗੈਰਾ ਹੋ ਜਾਂਦੇ ਆ, ਅਤੇ ਇੱਥੋਂ ਮੈਡੀਸਨ ਵੀ ਲੈ ਸਕਦਾ ਇਹਨਾਂ ਕੋਲ ਅਤੇ ਨਾਲ ਇਹਨਾਂ ਨੇ ਲੰਗਰ ਵੀ ਲਗਾਇਆ ਹੋਇਆ ਵਾ ਅਤੇ ਨਾਲ ਮੈਡੀਸਨ ਵਗੈਰਾ ਵੀ ਦੇ ਰਹੇ ਆ ਜੇ ਕੋਈ ਬਿਮਾਰ ਆ ਅਤੇ ਦਵਾਈ ਦਵੂਈ ਵਗੈਰਾ ਲੈ ਸਕਦਾ ਇਹਨਾਂ ਕੋਲ ਆਪਣੀ। ਸ਼ਾਮ ਦੇ ਵੱਜ ਚੁੱਕੇ ਆ 7:30 ਅਤੇ ਆਪਾਂ ਗਗਰੇਟ ਤੋਂ ਅੱਗੇ ਥੋੜ੍ਹਾ ਜਿਹਾ ਤੁਰੇ ਜਾ ਰਹੇ ਹਾਂ ਅਤੇ ਥੋੜ੍ਹੀ ਦੇਰ ਤੱਕ ਆਪਣੀ ਸਰਾਂ ਆਉਣ ਵਾਲੀ। ਆਪਾਂ ਰਸਤੇ 'ਚ ਉੱਥੇ ਰੁਕਣਾ ਅੱਜ ਦੀ ਰਾਤ ਕਿਉਂਕਿ ਬਹੁਤ ਥੱਕ ਗਏ ਹਾਂ। ਸਵੇਰ ਦੇ 12 ਵਜੇ ਆਪਾਂ ਤੁਰੇ ਹਾਂ ਚਾਹਲ ਤੋਂ ਅਤੇ ਫਾਈਨਲੀ ਗਾਈਸ ਆਪਾਂ ਪਹੁੰਚ ਗਏ ਹਾਂ ਗਗਰੇਟ ਤੋਂ ਅੱਗੇ ਇੱਕ ਲੰਗਰ ਲੱਗਾ ਹੁੰਦਾ, ਉੱਥੇ ਉਹਨਾਂ ਨੇ ਸੰਗਤ ਵਧੇ ਰੈਸਟ ਕਰਨ ਵਾਸਤੇ ਜਗ੍ਹਾ ਵੀ ਬਣਾਈ ਹੁੰਦੀ ਹੈ ਅਤੇ ਅੱਜ ਦੀ ਰਾਤ ਆਪਾਂ ਇੱਥੇ ਰੈਸਟ ਕਰਾਂਗੇ ਅਤੇ ਸਵੇਰੇ ਇੱਥੋਂ ਉੱਠ ਕੇ ਫਿਰ ਦੁਬਾਰਾ ਯਾਤਰਾ ਜਿਹੜੀ ਆਪਣੀ ਸ਼ੁਰੂ ਕਰਾਂਗੇ। ਅਤੇ ਅੱਜ ਦੀ ਰਾਤ ਦੇਖ ਸਕਦੇ ਤੁਸੀਂ ਕਿਤੇ ਸੰਗਤ ਇੱਥੇ ਸੁੱਤੀ ਪਈ ਆ ਅਤੇ ਅੱਜ ਦੀ ਰਾਤ ਆਪਾਂ ਇੱਥੇ ਹੀ ਰੈਸਟ ਕਰਾਂਗੇ ਅਤੇ ਆਪਾਂ ਫਸਟ ਫਲੋਰ 'ਤੇ ਚੱਲਦੇ ਹਾਂ ਅਤੇ ਜਾ ਕੇ ਰੈਸਟ ਕਰਦੇ ਹਾਂ ਅਤੇ ਸਵੇਰੇ ਫਿਰ ਤੋਂ ਯਾਤਰਾ ਜਿਹੜੀ ਸ਼ੁਰੂ ਕਰਾਂਗੇ। ਮਿਲਦੇ ਹਾਂ ਗਾਈਜ਼ ਆਪਾਂ ਅਗਲੀ ਵੀਡੀਓ 'ਚ। ਉਦੋਂ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਹਿੱਟ ਕਰ ਲਓ, ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਵੀਡੀਓ ਨੂੰ। ਆਪਾਂ ਮਿਲਦੇ ਹਾਂ ਪਾਰਟ 2 'ਚ, ਤਦ ਤੱਕ ਲਈ ਗੁੱਡ ਬਾਏ।